ਤੁਸੀਂ ਚਾਹੁੰਦੇ ਹੋ ਕਿ ਸਾਰੀ ਉਮਰ ਜਵਾਨ ਰਹੀਏ, ਕਮਾਂਡ ਪੋਜੀਸ਼ਨ 'ਤੇ ਰਹੀਏ ਤਾਂ ਕਿ ਬੁੱਢੇ ਨਾ ਹੋ ਜਾਏ, ਕਿਉਂਕਿ ਬੁੱਢੇ ਹੋਣ ਤੋਂ ਹਰ ਬੰਦੇ ਨੂੰ ਡਰ ਲੱਗਦਾ। ਅਤੇ ਫਿਰ ਜਨਾਬ ਸ਼ਾਦੀ ਕਰੋ 18 ਤੋਂ 20 ਸਾਲ ਦੀ ਲੜਕੀ ਨਾਲ, ਇਸ ਵਾਸਤੇ ਕਿ ਤੁਹਾਨੂੰ ਕੋਰਾ ਪੇਪਰ ਮਿਲ ਗਿਆ ਆਪਣੀ ਮਰਜ਼ੀ ਨਾਲ, ਉਹਦੇ ਉੱਤੇ ਜੋ ਮਰਜ਼ੀ ਆਪਣੀ ਮਰਜ਼ੀ ਦੀ ਇਬਾਰਤ ਲਿਖ ਸਕਦੇ ਹੋ ਆਪਣੀ ਮਨਪਸੰਦ, ਇਸ ਵਾਸਤੇ ਕਿ ਔਰਤ ਜਿਹੜੀ ਇਹ ਬਣਾਈ ਗਈ ਹੈ ਜਨਾਬ ਮਿੱਟੀ ਨਾਲ ਨਹੀਂ ਬਣਾਈ ਗਈ, ਇਹ ਬਣਾਈ ਗਈ ਹੈ ਪਸਲੀ ਨਾਲ, ਅਤੇ ਪਸਲੀ ਨੇਚਰਲੀ ਟੇੜੀ ਹੁੰਦੀ ਹੈ, ਅਤੇ ਜਿਹੜੀ ਪਸਲੀ ਜਦੋਂ ਟੇੜੀ ਹੈ ਤਾਂ ਫਿਰ ਉਹਨੂੰ ਪਿਆਰ ਨਾਲ ਮੋਲਡ ਕੀਤਾ ਜਾ ਸਕਦਾ, ਉਹਦੇ 'ਤੇ ਸਖਤੀ ਕਰੋਗੇ ਤਾਂ ਉਹ ਟੁੱਟ ਜਾਏਗੀ। ਇਸ ਵਾਸਤੇ ਤੁਸੀਂ ਵੀ ਜਨਾਬ ਇਹ ਹੀ ਡਿਸਾਈਡ ਕਰੋ ਜ਼ਿੰਦਗੀ ਦੇ ਵਿੱਚ ਕਿ ਯੰਗ ਲੜਕੀ ਨਾਲ ਸ਼ਾਦੀ ਕਰੋ। ਤਾਂ ਕਿ ਤਾਂ ਹਯਾਤ ਖੁਸ਼ ਰਹੋ, ਤੁਹਾਡੀ ਕਮਾਂਡ ਪੋਜੀਸ਼ਨ ਜਿਹੜੀ ਆ ਉਹ ਵੀ ਬਰਕਰਾਰ ਰਹੇ। ਹਰ ਬੰਦਾ ਇਹੀ ਚਾਹੁੰਦਾ ਜਦੋਂ ਉਹਦੀ ਘਰ ਵਿੱਚ ਨਾ ਸੁਣੀ ਜਾਵੇ ਅਤੇ ਫਿਰ ਸਮਝ ਲਓ ਬੁੱਢਾ ਹੋ ਗਿਆ। ਅਤੇ ਜੇ ਤੁਸੀਂ ਇਹ ਆਵਾਜ਼ ਨਹੀਂ ਆਉਣਾ ਤਾਂ ਫਿਰ ਆਓ ਇੱਕ ਝਲਕ ਤੁਹਾਨੂੰ ਥਕਾਈਏ। ਐ ਵੇਖ ਲਓ, ਤਲਾਕ ਯਾਫਤਾ ਵੀ ਹੈ, ਇੱਕ ਬੱਚਾ ਜਹੇਜ਼ ਵੀ ਲੈ ਕੇ ਆਈਏ ਅਤੇ ਮੈਨੂੰ ਵੀ ਇਹਨੇ ਕਾਬੂ ਕਰ ਦਿੱਤਾ, ਅਤੇ ਜਨਾਬ ਮੂੰਹ ਆਮੂੰਹ ਹੋ ਗਿਆ ਜਿਵੇਂ ਆਮ ਨੂੰ ਚੂਪਾ ਲਾ ਕੇ ਤਾਂ ਛੱਡ ਦੇਈਦਾ।